ਇਹਨੇ ਬਾਹਰ ਦੇ ਝਾਸੇ ਦਾ ਚੱਕਰ ਪਾ ਕੇ ਕਿ ਮੈਂ ਕੈਨੇਡਾ ਤੈਨੂੰ ਭੇਜਾਂਗੀ, ਇਸ ਗੱਲ ਦੇ ਉੱਤੇ ਇਹਨੂੰ ਆਪਣੇ ਨਾਲ ਬਗਲਾ ਕੇ ਕਿਤੇ ਅਣਜਾਣ ਜਗ੍ਹਾ 'ਤੇ ਲੈ ਗਈ ਇਹ। 3 ਮਾਰਚ ਤੋਂ ਲੈ ਕੇ ਸਾਡੇ ਬੇਟੇ ਦਾ ਨਾਂ 'ਤੇ ਕੋਈ ਫੋਨ ਲੱਗਦਾ ਹੈ, ਨਾ ਉਸ ਸੁਮਨ ਦਾ ਜਿਹੜਾ ਲੇਡੀਜ਼ ਹੈ ਉਹਦਾ ਫੋਨ ਲੱਗਦਾ ਹੈ। ਕਿਸ ਤਰ੍ਹਾਂ ਤੁਹਾਡਾ ਬੇਟਾ ਉਹਦੇ ਸੰਪਰਕ 'ਚ ਆਇਆ ਸੀ? ਸਾਡਾ ਫੋਟੋਗ੍ਰਾਫੀ ਦਾ ਕਾਰੋਬਾਰ ਹੈ, ਮੇਰਾ ਬੇਟਾ ਵੀ ਮੇਰੇ ਨਾਲ ਹੀ ਫੋਟੋਗ੍ਰਾਫੀ ਦਾ ਕੰਮਕਾਰ ਕਰਦਾ। ਉਹ ਇੱਕ ਮੈਰਿਜ 'ਤੇ ਗਿਆ ਸੀ, ਉੱਥੇ ਜਿਹੜੀ ਇਹ ਸੁਮਨ ਹੈ ਉੱਥੇ ਮੈਰਿਜ 'ਤੇ ਇਨਵੋਲਵ ਸੀ ਗੈਸਟ। ਉਹ ਕਹਿ ਦਿੰਦੇ ਆ ਕਿ ਭਾਅ ਜੀ ਸਾਨੂੰ ਆਪਣੇ ਵਟਸਐਪ ਦਾ ਨੰਬਰ ਦੇ ਦਿਓ, ਸਾਡੀਆਂ ਫੋਟੋਆਂ ਸਾਡੀਆਂ ਸ਼ੇਅਰ ਕਰ ਦਿਓ। ਇਹ ਨੰਬਰ ਜਿਹੜਾ ਟ੍ਰਾਂਸਫਰ ਉੱਥੋਂ ਹੋਇਆ ਸੀਗਾ। ਲੇਕਿਨ ਐਵੇਂ ਸਾਨੂੰ ਅਜੇ ਤੱਕ ਬੱਚੇ ਦਾ ਕੋਈ ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ। ਸਾਡੇ ਕੋਲ ਫੋਨ ਨੰਬਰ ਵੀ ਨਹੀਂ ਹੈ, ਸਾਡੇ ਕੋਈ ਗੱਲਬਾਤ ਵੀ ਨਹੀਂ ਹੋਣੀ। ਉਸ ਤੋਂ ਬਾਅਦ ਉਹਨੇ ਪਾਸਪੋਰਟ ਦਾ ਵਿਊ ਬਣਾ ਕੇ ਇਸ ਬੱਚੇ ਨੂੰ ਆਪਣੇ ਕੋਲ ਕੈਪਚਰ ਕਰ ਲਿਆ। ਸਾਨੂੰ ਪਤਾ ਚੱਲਿਆ ਕਿ ਇਹ ਜਿਹੜੀ ਲੇਡੀਜ਼ ਹੈ ਇਹਦੇ ਨਾਲ 5-6 ਬੰਦਿਆਂ ਦਾ ਗਰੋਹ ਆ, ਔਰ ਜਿਹੜੇ ਇਹਨਾਂ ਦੇ ਹੈਗੇ ਬੰਦੇ ਚਿੱਟੇ ਦਾ ਜਾਂ ਇੱਕ ਡਾਂਸਰ ਨਾਲ ਹੈਗੀ ਆ, ਇਹਨਾਂ ਦੇ ਨਾਲ ਲਿੰਕ ਆ। ਔਰ ਜਿਹੜੇ ਬੰਦੇ ਆ ਗਾਂਹ ਤੋਂ ਗਾਂਹ ਉਸਨੂੰ ਕੜੀ ਨੂੰ ਬੱਚੇ ਨੂੰ ਦਲਦਲ 'ਚ ਲੈ ਕੇ, ਅਤੇ ਪਤਾ ਨਹੀਂ ਕਿੱਥੇ ਉਹ ਕਿਸ ਹਾਲਤ ਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ। ਪੂਰੀ ਜਾਣਕਾਰੀ ਦੱਸੋ ਕਿ ਕਿਸ ਤਰ੍ਹਾਂ ਬੇਟਾ ਜਿਹੜਾ ਹੈ ਤੁਹਾਡਾ ਲਾਪਤਾ ਹੋਇਆ, ਔਰ ਕਿੱਥੇ ਕਿੱਥੇ ਤੁਸੀਂ ਦਰਖਾਸਤਾਂ ਦੇ ਚੁੱਕੇ ਹੋ, ਜਿਹੜੀ ਕਾਰਵਾਈ ਨਹੀਂ ਹੋ ਰਹੀ? ਸਾਡਾ ਬੇਟਾ ਸੌਰਵ ਕੁੰਦਰਾ, ਉਮਰ 22 ਸਾਲ ਹੈ, ਔਰ ਜਿਹੜੀ ਇਹ ਲੇਡੀਜ਼ ਹੈ ਇਹਦੀ ਉਮਰ 43 ਸਾਲ ਹੈ। ਇਹਨੇ ਬਾਹਰ ਦੇ ਝਾਸੇ ਦਾ ਚੱਕਰ ਪਾ ਕੇ ਕਿ ਮੈਂ ਕੈਨੇਡਾ ਤੈਨੂੰ ਭੇਜਾਂਗੀ, ਇਸ ਗੱਲ ਦੇ ਉੱਤੇ ਇਹਨੂੰ ਆਪਣੇ ਨਾਲ ਬਗਲਾ ਕੇ ਕਿਤੇ ਅਣਜਾਣ ਜਗ੍ਹਾ 'ਤੇ ਲੈ ਗਈ ਇਹ, ਜਿਹੜਾ ਕਿ 3 ਮਾਰਚ ਤੋਂ ਲੈ ਕੇ ਅੱਜ 10 ਅਪ੍ਰੈਲ ਹੋ ਚੁੱਕੀ ਹੈ। ਸਾਡੇ ਬੇਟੇ ਦਾ ਨਾਂ 'ਤੇ ਕੋਈ ਫੋਨ ਲੱਗਦਾ ਹੈ, ਨਾ ਉਸ ਸੁਮਨ ਦਾ ਜਿਹੜਾ ਲੇਡੀਜ਼ ਹੈ ਉਹਦਾ ਫੋਨ ਲੱਗਦਾ ਹੈ। ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਨਹੀਂ ਕਿ ਇਹ ਬੱਚੇ ਜਿਹੜੇ ਆ ਉਹ ਕਿੱਥੇ ਆ ਔਰ ਕਿਸ ਹਾਲਤ ਵਿੱਚ ਹੈ। ਸਰ, ਜਿਸ ਮਹਿਲਾ ਤੁਸੀਂ ਸੁਮਨ ਦਾ ਨਾਂ ਲੈ ਰਹੇ ਹੋ, ਕਿਸ ਤਰ੍ਹਾਂ ਤੁਹਾਡਾ ਬੇਟਾ ਉਹਦੇ ਸੰਪਰਕ 'ਚ ਆਇਆ ਸੀਗਾ? ਸਾਡਾ ਫੋਟੋਗ੍ਰਾਫੀ ਦਾ ਕਾਰੋਬਾਰ ਹੈ, ਮੇਰਾ ਬੇਟਾ ਵੀ ਮੇਰੇ ਨਾਲ ਹੀ ਫੋਟੋਗ੍ਰਾਫੀ ਦਾ ਕੰਮਕਾਰ ਕਰਦਾ। ਉਹ ਇੱਕ ਮੈਰਿਜ 'ਤੇ ਗਿਆ ਸੀ, ਉੱਥੇ ਜਿਹੜੀ ਇਹ ਸੁਮਨ ਹੈ ਉੱਥੇ ਮੈਰਿਜ 'ਤੇ ਇਨਵੋਲਵ ਸੀ, ਉਹਨਾਂ ਦੇ ਕੋਈ ਰਿਸ਼ਤੇਦਾਰ ਸੀਗੀ। ਜਦੋਂ ਇਹ ਪਰਸਨਲ ਜਿੱਦਾਂ ਕੋਈ ਆਪਣੇ ਆਏ ਹੁੰਦੇ ਆ ਗੈਸਟ, ਉਹ ਕਹਿ ਦਿੰਦੇ ਆ ਕਿ ਭਾਅ ਜੀ ਸਾਨੂੰ ਆਪਣੇ ਵਟਸਐਪ ਦਾ ਨੰਬਰ ਦੇ ਦਿਓ, ਸਾਨੂੰ ਫੋਟੋਆਂ ਸਾਡੀਆਂ ਸ਼ੇਅਰ ਕਰ ਦਿਓ। ਇਹ ਨੰਬਰ ਜਿਹੜਾ ਟ੍ਰਾਂਸਫਰ ਉੱਥੋਂ ਹੋਇਆ ਸੀਗਾ। ਉਸ ਤੋਂ ਬਾਅਦ ਉਹਨੇ ਪਾਸਪੋਰਟ ਦਾ ਵਿਊ ਬਣਾ ਕੇ ਇਸ ਬੱਚੇ ਨੂੰ ਆਪਣੇ ਕੋਲ ਕੈਪਚਰ ਕਰ ਲਿਆ। ਉਸ ਤੋਂ ਬਾਅਦ 'ਚੋਂ ਥੋੜ੍ਹੀ ਦੇਰ ਬਾਅਦ ਥੋੜ੍ਹਾ ਜਿਹਾ ਪਿੱਛਾ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇਹ ਜਿਹੜੀ ਲੇਡੀਜ਼ ਹੈ ਇਹਦੇ ਨਾਲ 5-6 ਬੰਦਿਆਂ ਦਾ ਗਰੋਹ ਆ, ਔਰ ਜਿਹੜੇ ਇਹਨਾਂ ਦੇ ਹੈਗੇ ਬੰਦੇ ਉਹ ਕਾਫੀ ਇਹ ਮਤਲਬ ਚਿੱਟੇ ਦਾ ਜਾਂ ਇੱਕ ਡਾਂਸਰ ਨਾਲ ਹੈਗੀ ਹੈ, ਇਹਨਾਂ ਦੇ ਨਾਲ ਲਿੰਕ ਆ। ਔਰ ਜਿਹੜੇ ਬੰਦੇ ਆ ਗਾਂਹ ਤੋਂ ਗਾਂਹ ਉਸਨੂੰ ਕੜੀ ਨੂੰ ਬੱਚੇ ਨੂੰ ਦਲਦਲ 'ਚ ਲੈ ਕੇ, ਅਤੇ ਪਤਾ ਨਹੀਂ ਕਿੱਥੇ ਉਹ ਕਿਸ ਹਾਲਤ ਵਿੱਚ ਇਹਨਾਂ ਨੇ ਰੱਖਿਆ ਹੋਇਆ ਉਹਨੂੰ। ਸਰ, ਇਸ ਵਿਸ਼ੇ 'ਤੇ ਤੁਸੀਂ ਕਿੱਥੇ ਕਿੱਥੇ ਜਾ ਚੁੱਕੇ ਹੋ, ਕਿੱਥੇ ਕਿੱਥੇ ਦਰਖਾਸਤਾਂ ਦੇ ਚੁੱਕੇ, ਅਤੇ ਕੀ ਅੱਜ ਤੱਕ ਕੀ ਕਾਰਵਾਈ ਹੋਈ ਹੈ ਵਿਭਾਗ ਵੱਲੋਂ? ਅਸੀਂ ਆਪਣੇ ਲੈਵਲ 'ਤੇ ਜਦੋਂ ਸਾਨੂੰ ਪਤਾ ਚੱਲਿਆ ਕਿ ਇਹ ਜਿਹੜੀ ਔਰਤ ਹੈਗੀ ਹੈ ਇਹ ਜਲੰਧਰ ਦੇ ਵਿੱਚ ਰੇੜੂ ਦੇ ਨੇੜੇ ਬਚਿੰਤ ਨਗਰ ਮਕਾਨ ਨੰਬਰ 2 ਵਿੱਚ ਰਹਿੰਦੀ ਹੈ, ਉਹਦਾ ਆਪਣਾ ਘਰ ਹੈ, ਪਰ ਉੱਥੇ ਨਹੀਂ ਰਹਿ ਰਹੀ ਸੀਗੀ ਇਹ। ਉਹਦੇ ਉੱਥੇ ਇੱਕ ਬੱਚੀ ਹੈ 14 ਸਾਲ ਦੀ, ਉਹ ਤੋਂ ਵੀ ਪਤਾ ਚੱਲਿਆ। ਅਸੀਂ ਉਹਦੇ ਨੂੰ ਜਦੋਂ ਪੁੱਛਿਆ ਤਾਂ ਉਹ ਕਹਿੰਦੀ ਹੈ ਕਿ ਮੈਂ ਮੇਰੇ ਮਦਰ ਕੋਲ ਰਹਿੰਦੀ ਸੀਗੀ, ਔਰ ਮੇਰਾ ਇੱਕ ਮਾਮਾ ਹੈਗਾ ਜਿਹੜਾ ਪਿੰਡ ਚੰਗੜਵਾਂ ਵਿੱਚ ਹੈ, ਮੈਂ ਅਤੇ ਮੇਰੀ ਮੰਮੀ ਅਸੀਂ ਉੱਥੋਂ 20 ਫਰਵਰੀ ਨੂੰ ਉੱਥੋਂ ਆਏ ਹਾਂ। ਬਟ ਜਿਹੜਾ ਉਹ ਕਾਲਾ ਨਾਂ ਦਾ ਰਜਿੰਦਰ ਕੁਮਾਰ ਦਾ, ਉਹਦੇ ਨਾਲ ਵੀ ਸਾਡੀ ਗੱਲ ਹੋਈ। ਉਹ ਕਹਿੰਦੇ ਕਿ ਸਾਡੇ ਕੋਲ 12-13 ਜਨਵਰੀ ਤੋਂ ਬਾਅਦ ਸਾਡੇ ਨਾਲ ਕੋਈ ਲਿੰਕ ਹੀ ਨਹੀਂ ਹੋਇਆ ਇਹਨਾਂ ਦਾ। ਉਹ ਬੰਦਾ ਵੀ ਇਨਵੋਲਵ ਹੈ ਇਹਦੇ ਵਿੱਚ। ਇੱਕ ਬੰਦਾ ਮੇਰੀ ਟੀਮ 'ਚ ਜਿਹੜੇ 8 ਮੁੰਡੇ ਕੰਮ ਕਰਦੇ ਆ, ਉਹਦੇ ਵਿੱਚ ਇੱਕ ਮੁੰਡਾ ਆਪਣੇ ਹੈਗਾ 8 ਮੁੰਡਿਆਂ ਵਿੱਚੋਂ, ਉਹ ਵਰਕਰ ਸੀਗਾ ਸਾਡਾ, ਸਾਡੇ ਨਾਲ ਐਕਸਪੋਜਿੰਗ ਦੇ ਕੰਮ 'ਤੇ ਵੀ ਜਾਂਦਾ। ਉਸ ਬੰਦੇ ਨੇ ਸਾਡੇ ਨਾਲ ਰਹਿ ਕੇ ਔਰ ਉਸ ਜਨਾਨੀ ਨੂੰ ਫੋਨ ਕਰਦਾ ਰਿਹਾ, ਜਦੋਂ ਕਿ ਉਹ ਸਾਡੇ ਕੋਲੋਂ ਬੱਚਾ ਕੰਮ ਕਰਦਾ ਸੀਗਾ, ਸਾਡੇ ਕੋਲੋਂ ਆਪਣੀ ਦਿਹਾੜੀ ਕਾਰੋਬਾਰ ਕਰਕੇ ਆਪਣੇ ਘਰ ਜਾਂਦਾ ਸੀਗਾ।
ਉਹ ਉਸ ਬੰਦੇ ਨੇ ਸਾਡੇ ਨਾਲ ਰਹਿ ਕੇ SSP ਦਫ਼ਤਰ ਜਦੋਂ ਦਰਖਾਸਤ ਪਾਉਣ ਗਏ ਹਾਂ ਅਸੀਂ, ਜਦੋਂ ਕੁੜੀ ਨੂੰ ਅਸੀਂ ਲੱਭਣ ਗਏ ਹਾਂ, ਉਹ ਬੱਚਾ ਸਾਡੇ, ਉਹ ਜਿਹੜਾ ਜਸਵੀਰ ਸਿੰਘ ਹੈ ਉਹ ਵੀ ਸਾਡੇ ਨਾਲ ਹੀ ਸੀਗਾ। ਸਰ ਤੁਸੀਂ ਕੀ ਲੱਗਦਾ ਕਿ ਬੇਟੇ ਨੂੰ ਬਲੈਕਮੇਲਿੰਗ ਕੀਤਾ ਗਿਆ ਜਦੋਂ ਉਸਨੂੰ ਲੈ ਕੇ ਗਏ ਹੈ, ਜਾਂ ਜਦੋਂ ਤੁਹਾਡਾ ਬੱਚਾ ਲਾਪਤਾ ਹੋਇਆ, ਕਿ ਕਿਸੇ ਗਿਰੋਹ ਦੇ ਕਾਬੂ ਵਿੱਚ ਆਇਆ ਹੋਇਆ ਲੱਗਦਾ ਕਿ ਜਿਹੜੇ ਬੰਦੇ ਤੁਹਾਡਾ ਬੇਟਾ ਅੱਜ ਤੱਕ ਪਤਾ ਨਹੀਂ ਲੱਗ ਪਾ ਰਿਹਾ ਕਿ ਨਾ ਤੁਹਾਡੇ ਨਾਲ ਗੱਲਬਾਤ ਹੋ ਰਹੀ, ਕਿ ਤੁਹਾਨੂੰ ਲੱਗਦਾ ਕਿ ਕਿਸੇ ਗਿਰੋਹ ਦੇ ਚੰਗੁਲ ਵਿੱਚ ਹੈਗਾ, ਅਤੇ ਕੀ ਮੰਨਦੇ ਹੋ ਕਿ ਬੱਚਾ ਸੇਫ ਹੋਏਗਾ? ਜਦੋਂ ਅਸੀਂ ਉਸ ਬੱਚੇ ਕੋਲੋਂ, ਜਿਹੜੀ ਇਹ ਸੁਮਨ ਦੀ ਇੱਕ ਬੇਟੀ ਹੈ 14 ਸਾਲ ਦੀ, 8ਵੀਂ ਦੇ ਪੇਪਰ ਦੇ ਰਹੀ ਹੈ, ਉਹਦੇ ਸਕੂਲ ਤੋਂ ਉਹਦੇ ਪਿੱਛਾ ਕਰਨ ਦੇ ਉਹਦੇ ਬਾਪ ਦੇ ਨਾਲ, ਉਹ ਬੱਚੀ ਨੇ ਜਦੋਂ ਬਾਪ ਨੂੰ ਦੇਖਿਆ ਤਾਂ ਬੱਚੀ ਆਪਣੇ ਬਾਪ ਕੋਲ ਆ ਗਈ, ਉਹ ਤੋਂ ਹੀ ਪਤਾ ਲੱਗਿਆ ਕਿ ਇਹ ਜਿਹੜੇ ਹੈ ਸੌਰਵ ਔਰ ਇੱਕ ਆਰਜੂ ਨਾਂ ਦੀ ਹੈ, ਇੱਕ ਕੋਈ ਮਹੰਤਨ ਹੈਗੇ ਆ, ਇਹ ਜਿਹੜੇ ਉਸ ਕਮਰੇ ਵਿੱਚ ਰਹਿ ਰਹੇ ਸੀਗੇ। ਉੱਥੋਂ ਜਦੋਂ ਅਸੀਂ ਉਹਦੀ ਲੋਕੇਸ਼ਨ 'ਤੇ ਪਹੁੰਚੇ ਹੀ ਹੈ, ਕੋਈ 8:30 ਦਾ ਟਾਈਮ ਸੀਗਾ, ਉਹ ਗੱਡੀ ਇੱਕ ਬਲੂ ਡਾਰਕ ਰੰਗ ਦੀ ਜਿਹੜੀ ਗੱਡੀ ਹੈ ਉਹਦੇ ਵਿੱਚ ਬੈਠ ਕੇ, ਗੱਡੀ ਦੀ ਪਲੈਨ ਜਿੱਦਾਂ ਪਹਿਲਾਂ ਕਿਸੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਇਹ ਮਤਲਬ ਤੁਹਾਡਾ ਅੱਜ ਪਿੱਛਾ ਕਰ ਰਹੇ ਆ, ਤੁਹਾਡੇ ਰੂਮ ਤੱਕ ਪਹੁੰਚਣਗੇ। ਮੈਨੂੰ ਤਾਂ 100% ਯਕੀਨ ਹੈ ਜੀ ਕਿ ਜਿਹੜਾ ਸਾਡੇ ਨਾਲ ਮੁੰਡਾ ਕੰਮ ਕਰਦਾ ਸੀਗਾ ਉਸੇ ਨੇ ਹੀ ਇਹ ਗੱਲ ਨੂੰ ਉਹਨੇ ਨਾਲ ਸ਼ੇਅਰ ਕੀਤਾ। ਜਦੋਂ ਅਸੀਂ ਉਸ ਪਹੁੰਚੇ ਹਾਂ ਲੋਕੇਸ਼ਨ ਦੇ ਉੱਤੇ, ਉਹ ਜਿਹੜੇ ਗੱਡੀ ਦਾ ਡਰਾਈਵਰ ਸੀਗਾ ਉਹਦਾ ਨਾਂ ਸੈਮ ਹੈ, ਜਿਹੜੀ ਉਹ ਡਾਂਸਰ ਹੈ ਉਹਦਾ ਨਾਂ ਆਰਜੂ ਹੈ। ਮੈਂ ਪੁਲਿਸ ਸਟੇਸ਼ਨ ਹਾਜੀਪੁਰ 'ਚ ਵੀ ਉਹਨਾਂ ਦੇ ਮੋਬਾਈਲ ਨੰਬਰ 'ਤੇ ਨਾਂ ਦੇ ਚੁੱਕਿਆ, ਬਟ ਇਹ ਹੈ ਕਿ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਕੋਲੋਂ ਪੁੱਛਗਿੱਛ ਕਰਕੇ, ਅਤੇ ਉਹਨਾਂ ਦੇ ਜਿਹੜੇ ਨੰਬਰ ਵੀ ਟਰੇਸਿੰਗ 'ਤੇ ਲਾਏ ਸੀਗੇ, ਉਹ ਵੀ ਨੰਬਰ ਵੀ ਉਹਨਾਂ ਦੇ ਟਰੇਸਿੰਗ 'ਚ ਉਹਨਾਂ ਦੇ ਇਨਵੋਲਵ ਹੈ, ਉਹਨਾਂ ਨਾਲ ਗੱਲ ਹੋਈ ਹੈ। ਔਰ ਉਹਦੀ ਬੇਟੀ ਨੇ ਵੀ ਦੱਸਿਆ ਕਿ ਜਿਹੜਾ ਇਹ ਚਾਚਾ ਆ ਸਾਡੇ ਉੱਥੇ ਆਇਆ ਸੀ, ਰੋਟੀ ਖਾ ਕੇ ਗਿਆ, ਔਰ ਮੇਰੀ ਮਦਰ ਦੇ ਨਾਲ ਇਹਦੀ ਗੱਲ ਹੁੰਦੀ ਸੀ। ਭੈਣ ਜੀ ਤੁਹਾਡਾ ਕੀ ਨਾਮ ਹੈ? ਰੇਨੂਕਾ ਜੀ ਨਾਮ ਹੈ। ਰੇਨੂਕਾ ਜੀ, ਬੇਟਾ ਜਿਸ ਤਰ੍ਹਾਂ ਲਾਪਤਾ ਜਦੋਂ ਹੋਇਆ ਆ, ਕਦੀ ਤੁਹਾਨੂੰ ਇੱਦਾਂ ਲੱਗਾ ਕਿ ਉਹਦੇ ਵਿੱਚ ਕੁਛ ਬਦਲਾਵ ਹੋਇਆ ਆ, ਬੱਚੇ ਦੇ ਕੁਛ ਰਹਿਣ ਸਹਿਣ ਦੇ ਵਿੱਚ ਫਰਕ ਲੱਗਾ ਸੀ? ਪਹਿਲਾਂ ਨਹੀਂ ਲੱਗਾ ਜੀ, ਬਾਅਦ 'ਚ ਪਤਾ ਲੱਗਾ ਸਾਨੂੰ ਜਦੋਂ ਉਹਦਾ ਪਾਸਪੋਰਟ ਬਣ ਗਿਆ। ਉਸ ਤੋਂ ਬਾਅਦ ਬੱਚਾ ਨਾ ਥੋੜ੍ਹਾ ਮਤਲਬ ਪਜ਼ਲ ਜਿਹਾ ਰਹਿਣ ਲੱਗ ਪਿਆ, ਕਿਸੇ ਨਾਲ ਗੱਲਬਾਤ ਨਹੀਂ ਕਰਦਾ ਸੀ। ਉਹਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਨੇ ਮਨਾ ਕਰ ਦਿੱਤਾ ਹੁੰਦਾ ਵੀ ਤੂੰ ਇਹਨਾਂ ਨੂੰ ਬੁਲਾਉਣਾ ਨਹੀਂ, ਚਲਾਉਣਾ ਨਹੀਂ, ਦੁਕਾਨ 'ਤੇ ਨਹੀਂ ਜਾਣਾ, ਕੋਈ ਗੱਲਬਾਤ ਨਹੀਂ ਕਰਨੀ ਕਿਸੇ ਨਾਲ, ਉਸ ਮੁਤਾਬਕ ਕੀਤਾ ਜੀ ਉਹਨਾਂ ਨੇ। ਮਤਲਬ ਬੱਚਾ ਸਾਡਾ ਬਹੁਤ ਪਰੇਸ਼ਾਨ ਰਿਹਾ ਜੇ, ਲੇਕਿਨ ਐਵੇਂ ਸਾਨੂੰ ਅਜੇ ਤੱਕ ਬੱਚੇ ਦਾ ਕੋਈ ਪਤਾ ਨਹੀਂ, ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ, ਸਾਡੇ ਕੋਲ ਫੋਨ ਨੰਬਰ ਵੀ ਨਹੀਂ ਹੈ, ਸਾਡੇ ਕੋਈ ਗੱਲਬਾਤ ਵੀ ਨਹੀਂ ਹੋ ਰਹੀ। ਅਤੇ ਇੱਕ ਤੁਹਾਨੂੰ ਲੱਗਦਾ ਸੀਗਾ ਕਿ ਬੱਚਾ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਹੈਗਾ ਹੈ? ਸਾਨੂੰ ਉਸ ਥੋੜ੍ਹੇ ਦਿਨ ਬਾਅਦ 'ਚ ਪਤਾ ਲੱਗਾ ਸੀਗਾ ਵੀ ਬੱਚਾ ਪਰੇਸ਼ਾਨ ਹੈ। ਬੱਚੇ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਸਿਰਫ ਰੋਂਦਾ ਸੀ, ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਸੀ, ਜਿੱਦਾਂ ਕਿਸੇ ਨੇ ਧਮਕਾਇਆ ਹੁੰਦਾ ਉਹਨੂੰ ਰੱਖ ਕੇ। ਆਖਰੀ ਵਾਰ ਤੁਸੀਂ ਆਪਣੇ ਬੱਚੇ ਨੂੰ ਕੀ ਗੱਲਬਾਤ ਜਦੋਂ ਲਾਸਟ ਟਾਈਮ ਹੋਈ ਸੀਗੀ ਉਦੋਂ ਕੀ ਤੁਹਾਨੂੰ ਗੱਲਬਾਤ ਤੁਹਾਡੇ ਬੱਚੇ ਨਾਲ ਹੋਈ ਸੀਗੀ? ਬੱਚੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ, ਬੱਚਾ ਆਪਣੀ ਸ਼ੋਪ 'ਤੇ ਗਿਆ, ਸ਼ੋਪ ਤੋਂ ਹੀ ਗੈਪ ਕੀਤਾ ਗਿਆ, 3 ਤਰੀਕ ਨੂੰ ਬੱਚੇ ਨੂੰ ਲੈ ਕੇ, ਉਸ ਤੋਂ ਬਾਅਦ ਸਾਡਾ ਕੋਈ ਮੇਲ ਨਹੀਂ ਹੋਇਆ ਬੱਚੇ ਨਾਲ। ਸਰ ਹੁਣ ਤੁਸੀਂ ਸਰ ਤੁਸੀਂ ਹੁਣ ਕੀ ਮੰਗ ਕਰਦੇ ਹੋ ਦੱਸੋ ਪੰਜਾਬ ਸਰਕਾਰ ਅੱਗੇ, ਪੁਲਿਸ ਪ੍ਰਸ਼ਾਸਨ ਦੇ ਅੱਗੇ? ਕੁਛ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਦਰਖਾਸਤ ਹੈ ਸਰ ਕਿ ਆਪਣੇ ਲੈਵਲ 'ਤੇ, ਮੈਨੂੰ 1.5 ਮਹੀਨਾ ਹੋ ਗਿਆ ਮੈਂ ਜਲੰਧਰ ਜਾ ਕੇ ਜੋ ਆਪਣੇ ਵੱਲੋਂ ਆਪਣਾ ਟਰੇਸ ਕਰ ਸਕਦਾ ਹੈ ਉਹ ਬੰਦਿਆਂ ਦੇ ਨਾਂ, ਉਹ ਬੰਦਿਆਂ ਦੀ ਜਿੰਨੀ ਇਨਵੋਲਵ ਹੈ ਉਸ ਵਿੱਚ, ਇਹਦੇ ਗਰੋਹ ਦੇ ਵਿੱਚ, ਉਹਨਾਂ ਸਾਰਿਆਂ ਦਾ ਤੌਰ ਤਰੀਕਾ ਦੱਸਿਆ ਕਿ ਇਹ ਬੰਦੇ ਇਸ ਕੰਮ ਦੇ ਨਾਲ, ਇਹ ਲਿੰਕ ਹੈ ਉਹਨਾਂ ਦੇ ਇਸ ਕੜੀ ਨਾਲ ਜੁੜੇ ਹੈ, ਔਰ ਇਹ ਸਾਰਾ ਜਿਹੜਾ ਗਰੋਹ ਸਿਸਟਮ ਹੈ, ਔਰ ਬੱਚੇ ਨੂੰ ਜਿਹੜਾ ਹੈਗਾ ਕਿਸੇ ਤਰੀਕੇ ਇਹਨਾਂ ਨੇ ਕਿਤੇ ਅਗਿਆਤ ਮਤਲਬ ਜਗ੍ਹਾ 'ਤੇ ਜਾਂ ਉਹ ਨਸ਼ੇ ਵਾਲੇ ਪਾਸੇ ਨੂੰ ਲਾ ਤਾ ਕਿ ਨਸ਼ਾ ਕਰਾਵਾਂਗੇ, ਫਿਰ ਇਹਦੇ ਕੋਲ ਸਪਲਾਈ ਵਾਲੇ ਪਾਸੇ ਕਰਾਵਾਂਗੇ। ਮੈਨੂੰ ਡਰ ਹੈ ਕਿ ਬੱਚੇ ਦੀ ਜਿਹੜੀ ਜ਼ਿੰਦਗੀ ਦਾ ਸਵਾਲ ਹੈ, ਇਹਨਾਂ ਨੇ ਰਲ ਕੇ ਬੱਚੇ ਦੀ ਜ਼ਿੰਦਗੀ ਜਿਹੜੀ ਖਤਮ ਵਾਲੇ ਪਾਸੇ ਨੂੰ ਤੁਰੇ ਆ। ਪ੍ਰਸ਼ਾਸਨ ਅੱਗੇ ਇਹੀ ਦਰਖਾਸਤ ਹੈ ਕਿ ਪ੍ਰਸ਼ਾਸਨ ਮੇਰਾ ਸਾਥ ਦੇਵੇ, ਔਰ ਇਹਨਾਂ ਦੇ ਉੱਤੇ ਜਿਹੜੇ ਬੰਦੇ ਮੈਂ ਇਹਨਾਂ ਨੂੰ ਦੱਸੇ ਆ ਟਰੇਸ ਆਪਣੇ ਲੈਵਲ ਦੇ ਜਿਹੜੇ ਟਰੇਸ ਕੀਤੇ ਆ, ਉਹਨਾਂ ਨਾਲ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਪੁੱਛਗਿੱਛ ਕਰਕੇ ਸਾਡਾ ਬੱਚਾ ਸਾਡੇ ਹਵਾਲੇ ਕੀਤਾ ਜਾਵੇ। ਜੀ ਬਿਲਕੁਲ, ਇਹ ਸਨ ਸੌਰਵ ਦੇ ਮਾਤਾ ਪਿਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 1.5 ਮਹੀਨੇ ਤੋਂ ਬੱਚਾ ਲਾਪਤਾ ਹੈ, ਅਤੇ ਹਾਲਾਂਕਿ ਪਰਿਵਾਰ ਦੇ ਮਾਤਾ ਪਿਤਾ ਵੱਲੋਂ
ਜੀ ਤੋੜ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਭਾਲ ਕੀਤੀ ਜਾ ਰਹੀ ਸੀ ਆਪਣੇ ਬੱਚੇ ਦੀ, ਹਾਲਾਂਕਿ ਕੁਛ ਇਨਪੁੱਟਸ ਵੀ ਉਹਨਾਂ ਨੂੰ ਮਿਲੇ ਕਿ ਹੋ ਸਕਦਾ ਉਹਨਾਂ ਦਾ ਬੇਟਾ ਕਿਸੇ ਵੱਡੇ ਗਿਰੋਹ ਦੇ ਚੰਗੁਲ ਵਿੱਚ ਹੈ। ਅਤੇ ਉੱਥੇ ਹੀ ਮਾਤਾ ਪਿਤਾ ਇਹ ਵੀ ਆਕਾਸ ਲਗਾ ਰਹੇ ਕਿ ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਸਾਡੇ ਬੱਚੇ ਨਾਲ ਕੁਛ ਮਿਸਹੈਪਨਿੰਗ ਵੀ ਹੋ ਸਕਦੀ ਹੈ। ਅਤੇ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਅੱਗੇ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਪੁਰਜ਼ੋਰ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਉਹਨਾਂ ਦਾ ਇਕਲੌਤਾ ਬੇਟਾ ਜੋ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹੈ ਤਾਂ ਉਸਨੂੰ ਲੱਭਣ ਨੂੰ ਕੋਸ਼ਿਸ਼ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ।